ਦਰਗੀ ਬੰਦ ਕਰਕੇ ਤੁਸੀਂ عوام ਦੇ ਨਾਲ ਜ਼ੁਲਮ ਕਰਦੇ ਹੋ ਵਕੀਲ ਦਾ ਜ਼ਾਤੀ ਮੈਟਰ ਵੀ ਹੋਵੇ ਉਹਦੇ ਜ਼ਾਤ ਦੇ ਮੁਤਲਕ ਵੀ ਹੋਵੇ ਤੇ ਫਿਰ ਵੀ ਅਧੇ ਵਕੀਲ ਹੁੰਦੇ ਖਿਲਾਫ ਨੇ ਅਧੇ ਵਕੀਲ ਹੁੰਦੇ ਹੱਕਦਾਰੇ ਨੇ ਨਾ عوام ਦੇ ਵਿੱਚ ਬਈਆ ਸ਼ੀਆ ਆ ਸੁन्नी ਐ ਬਈਆ ਪੀਟੀਆਈ ਦਾ ਵਕੀਲ ਐ ਆ ਨੌਨ ਲੀਗ ਦਾ ਵਕੀਲ ਖੁਦਾ ਦੇ ਉਹ ਬੰਦੇ ਹੋ ਤੁਸੀਂ ਵਕੀਲ ਹੋ ਪੜ੍ਹੇ ਲਿਖੇ ਹੋ ਤੁਸੀਂ ਕਾਨੂੰਨ ਨੂੰ ਜਾਣਦੇ ਹੋ ਤੁਸੀਂ ਲੋਕਾਂ ਨੂੰ ਮਤਾਂ ਦਿੰਦੇ ਹੋ ਰਾਣਾ ਅਸਮ ਮੈਂਬਰ ਪੰਜਾਬ ਬਰ ਕੌਂਸਲ ਉਹਦਾ ਮੈਟਰ ਹੋਇਆ ਆਪਣੇ ਹੱਥੀ ਤੁਸੀਂ ਗ੍ਰਿਫਤਾਰ ਕਰਾਇਆ ਉਹ ਜੀ ਅੱਜ ਸ਼ਾਮ ਤੋਂ ਪਹਿਲੇ ਪਹਿਲੇ ਉਹਨੂੰ ਰਾਹ ਨਾ ਕਰਨਗੇ ਤੇ ਅਸੀਂ ਇੰ ਤੇ ਇੰਜ ਕਰਦੇ ਬਿਸਮਿਲਲਾਹਿ ਰਹਿਮਾਨ ਰਹੀਮ ਮੈਂ ਹਾਂ ਐਡਵੋਕੇਟ ਮੀਆਂ ਸਦੀਬਾਸ ਦੇਵਕਾ ਔਰ ਤੁਸੀਂ ਵੇਖ ਰਹੇ ਹੋ ਡੇਲੀ ਲਾ ਪੁਆਇੰਟ ਅੱਜ ਦੀ ਇਹ ਵੀਡੀਓ ਖਾਸ ਪੰਜਾਬੀ ਵਿੱਚ ਤੇ ਮੇਰੇ ਵਕੀਲ ਪੈਣ ਪਰਾਵਾ ਵਾਸਤੇ ਕਿਉਂਕਿ ਅੱਜ ਉਹ ਤਲਖ ਗੱਲਾਂ ਕਰਨੀਆਂ ਨੇ ਕਿ ਜਿਹੜੀਆਂ ਤਲਹ ਗੱਲਾਂ ਮੇਰਾ ਖਿਆਲ ਹੈ ਉਰਦੂ ਵਿੱਚ ਤੁਹਾਡੀ ਸ਼ਾਇਦ ਸਮਝ ਵਿੱਚ ਨਾ ਆਉਣ। ਪਹਿਲੀ ਮੇਰੀ ਗੁਜ਼ਾਰਿਸ਼ ਹੈ ਕਿ ਖੁਦਾ ਦੇ ਵਾਸਤਾ ਤੁਹਾਨੂੰ ਰੱਬ ਦਾ ਵਾਸਤਾ ਜੇ ਆ ਸਿਆਸਤ ਛੱਡ ਦਿਓ। ਕਰੋ ਸਹੀ ਲੇਕਿਨ ਯਾਰ ਪੋਜ਼ਿਟਿਵ ਸਿਆਸਤ ਕਰੋ, ਮੁਸਬਤ ਸਿਆਸਤ ਕਰੋ। ਠੀਕ ਹੈ ਇੱਕ ਦੂਜੇ ਨੂੰ ਡੀਗ੍ਰੇਡ ਨਾ ਕਰੋ। ਕਦੀ ਕਿਸੇ ਵਕਤ ਵਿੱਚ ਵਕਲਾਂ ਦਾ ਜਿਹੜਾ ਇਕੱਠ ਹੈ ਜਿਹਨੂੰ ਅਸੀਂ ਬਾਰ ਕਹਿੰਨੇ ਇਹ ਕਦੀ ਬਾਰ ਹੁੰਦੀ ਹੈ। ਕਦੀ ਅਸੀਂ ਇਕੱਠੇ ਹੁੰਦੇ ਆ। ਲੇਕਿਨ ਅੱਜ ਇਹਨਾਂ ਸਿਆਸਤਦਾਨਾਂ ਨੇ ਸਾਨੂੰ ਵੀ ਤਕਸੀਮ ਕਰ ਦਿੱਤਾ ਜਿਵੇਂ ਇਹ ਤਕਸੀਮ ਹੋ ਗਏ ਇਹਨਾਂ ਪਹਿਲੇ ਸਾਡੀ ਆਵਾਮ ਨੂੰ ਤਕਸੀਮ ਕੀਤਾ ਅਸੀਂ ਇੱਕ ਕਰੀਮ ਤਬਕਾ ਸੀ ਅਸੀਂ ਪੜਿਆ ਲਿਖਿਆ ਤਬਕਾ ਅਸੀਂ ਇਹਨਾਂ ਦੇ ਕਹਿਣ ਤੇ ਇਹਨਾਂ ਦੀਆਂ ਉਂਗਲਾਂ ਤੇ ਲੱਗ ਕੇ ਅਸੀਂ ਵੀ ਤਕਸੀਮ ਹੋ ਗਏ ਜਿੰਦਾ ਨੁਕਸਾਨ ਅਲਟੀਮੇਟਲੀ ਸਾਨੂੰ ਹੋਇਆ ਸਾਡੀ ਬਾਹਰ ਨੂੰ ਆਇਆ ਸਾਡਾ ਹਰ ਵਕੀਲ ਜਿਹੜਾ ਉਹ ਇਹਦਾ ਖਮਿਆਜ਼ਾ ਭੁਗਤਦਾ ਪਿਆ ਅਸੀਂ ਤਕਸੀਮ ਹੋ ਕੇ ਰਹਿ ਗਏ ਤੁਸੀਂ ਅੱਜ ਕੋਈ ਹੜਤਾਲ ਕਰ ਲਓ ਕਿਸੇ ਕਿਸਮ ਦੇ ਟੌਪਿਕ ਤੇ ਤੁਸੀਂ ਹੜਤਾਲ ਕਰ ਲਓ ਅੱਧੇ ਵਕੀਲੇ ਇੱਕ ਪਾਸੇ ਹੋ ਜਾਂਦੇ ਨੇ ਅੱਧੇ ਵਕੀਲੇ ਇੱਕ ਪਾਸੇ ਹੋ ਜਾਂਦੇ ਨੇ ਅੱਧੇ ਵਕੀਲ ਹੜਤਾਲ ਦੇ ਹੱਕੇ ਚ ਆ ਜਾਂਦੇ ਨੇ ਅੱਧੇ ਵਕੀਲ ਹੜਤਾਲ ਦੀ ਮੁਖਾਲਫਤ ਚ ਆ ਜਾਂਦੇ ਨੇ ਵਕੀਲ ਦਾ ਜ਼ਾਤੀ ਮੈਟਰ ਵੀ ਹੋਵੇ ਉਹਦੇ ਜ਼ਾਤ ਦੇ ਮੁਤਲਕ ਵੀਸ਼ ਹੋਵੇ ਤੇ ਫਿਰ ਵੀ ਅੱਧੇ ਵਕੀਲ ਉਹਦੇ ਖਿਲਾਫ ਨੇ ਅੱਧੇ ਵਕੀਲ ਹੁੰਦੇ ਹੱਕਦਾਰੇ ਨੇ ਅੱਧੇ ਵਕੀਲ ਹੁੰਦੇ ਨਾਲ ਉਸ ਵਕੀਲ ਦਾ ਸਿਰਫ ਜਿਵੇਂ ਜਿਵੇਂ ਇੱਕ ਸਾਡੇ ਵਿੱਚ ਹੈ ਨਾ ਆਵਾਮ ਦੇ ਵਿੱਚ ਬਈ ਐਸ਼ੀ ਹੈ ਆ ਸੁਣੀਏ ਆਵਾਬੀ ਇਹ ਦਿਓਬੰਦੀ ਸਾਡੇ ਵਿੱਚ ਵੀ ਉਹ ਟੈਗ ਲੱਗ ਗਿਆ ਬਈ ਇਹ ਪੀਟੀਆਈ ਦਾ ਵਕੀਲ ਹੈ ਆ ਨੂਨ ਲੀਗ ਦਾ ਵਕੀਲ ਹੈ ਇਹ ਤਹਿਰੀਕ ਲ ਬੈਗ ਦਾ ਵਕੀਲ ਹੈ ਇਹ ਜਮਾਤ-ਏ-ਇਸਲਾਮੀ ਦਾ ਵਕੀਲ ਹੈ ਇਹ ਜਮੀਅਤ-ਉਲਮਾ-ਏ-ਇਸਲਾਮ ਦਾ ਵਕੀਲ ਹੈ ਇਹ ਪੀਪਲ ਪਾਰਟੀ ਦਾ ਵਕੀਲ ਹੈ ਉਹ ਉਹ ਖੁਦਾ ਦੇ ਬੰਦੇ ਹੋ ਤੁਸੀਂ ਵਕੀਲ ਹੋ ਪੜ੍ਹੇ ਲਿਖੇ ਹੋ ਤੁਸੀਂ ਕਾਨੂੰਨ ਨੂੰ ਜਾਣਦੇ ਹੋ ਤੁਸੀਂ ਲੋਕਾਂ ਨੂੰ ਮਤਾਂ ਦਿੰਦੇ ਹੋ ਲੇਕਿਨ ਤੁਸੀਂ ਇਹਨਾਂ ਦੇ ਪਿੱਛੇ ਲੱਗ ਕੇ ਤੁਸੀਂ ਇਹਨਾਂ ਸਾਰਿਆਂ ਫਿਰਕਿਆਂ ਨੂੰ ਵੰਡੀ ਗਏ ਜੀ ਯਾਰ ਤੁਸੀਂ ਗਰੁੱਪਾਂ ਦੀ ਤਕਸੀਮ ਵਿੱਚ ਆ ਗਏ ਜੀ ਕੀ ਹੋ ਰਿਹਾ ਹੈ ਅਸੀਂ ਆਪ ਹੀ ਇੱਕ ਦੂਜੇ ਦੇ ਖਿਲਾਫ ਹਾਂ ਜਿਨ੍ਹਾਂ ਜੱਜਾਂ ਦੇ ਪਿੱਛੇ ਅਸਾਂ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਜੱਜਾਂ ਦੇ ਪਿੱਛੇ ਅਸਾਂ ਮਾਰਾਂ ਖਾਦੀਆਂ ਅੱਜ ਉਹ ਜੱਜ ਹੀ ਸਾਡੇ ਖਿਲਾਫ ਨੇ ਕਿਉਂ ਯਾਰ ਉਹਦੀ ਵਜ੍ਹਾ ਹੈ ਕਿ ਅਸੀਂ ਇਕੱਠੇ ਨਹੀਂ ਅਸੀਂ 10 ਵਕੀਲ ਉਸ ਜੱਜ ਦੇ ਖਿਲਾਫ ਹੜਤਾਲ ਕਰਦੇ ਨੇ 20 ਵਕੀਲ ਜਾ ਕੇ ਜੱਜ ਦੇ ਪੈਰਾਂ 'ਚ ਬਹਿ ਜਾਂਦੇ ਨੇ ਯਾਰ ਉਹ ਆnde ਨਹੀਂ ਜੱਜ ਸਾਹਿਬ ਤੁਸੀਂ ਕੰਮ ਤਨ ਕਰਕ ਰੱਖੋ ਔਰ ਕੁਝ ਖੁਦਾ ਦਾ ਖੌਫ ਕਰੋ ਕੁਝ ਕੁਝ ਖੁਦਾ ਦਾ ਖੌਫ ਕਰੋ ਯਾਰ ਰਾਣਾ ਅਸ ਮੈਂਬਰ ਪੰਜਾਬ 바ਰ ਕਾਉਂਸਲ ਉਹਦਾ ਮੈਟਰ ਹੋਇਆ ਇੱਕ ਹੀ ਚੀਜ਼ ਸੀ ਉਹ ਵਿਚਾਰਾ बार-बार ਇਹ ਆਂਦਾ ਸੀ ਵੀ ਯਾ ਮੈਨੂੰ ਗ੍ਰਿਫਤਾਰ ਕਰਾ ਦਿਓ ਗ੍ਰਿਫਤਾਰ ਕਰਾਉਣਾ ਤਾਂ ਤੁਸੀਂ ਕਰਾਉਣਾ ਤੁਸੀਂ ਆਂਦੇ ਹੋ ਤਾਂ ਮੈਂ ਗ੍ਰਿਫਤਾਰੀ ਦੇ ਦੇਣਾ ਸਾਡਾ ਨਾਰਾ ਇਹ ਸੀ ਸਾਡੀ ਕੈਬਨਿਟ ਦਾ ਨਾਰਾ ਇਹ ਸੀ ਪਾਕਿਸਤਾਨ 바ਰ ਕਾਉਂਸਲ ਪੰਜਾਬ 바ਰ ਕਾਉਂਸਲ ਸਾਡੀ ਲੋਕਲ 바ਰ ਜਿੰਨੀਆਂ ਵੀ ਉਹਨਾਂ ਦਾ ਨਾਰਾ ਇਹ ਸੀ ਕਿ ਅਸਾਂ ਗ੍ਰਿਫਤਾਰੀ ਨਹੀਂ ਦੇਣੀ ਤੇ ਜਦ ਆਂਦੇ ਸਾਂ ਪਹਿਲੇ ਗ੍ਰਿਫਤਾਰੀ ਦਿਓ ਬਾਅਦੇ ਤੁਹਾਡੀ ਜਾਨ ਛੱਡਾਂਗੇ ਉਹ ਉਹ ਗੱਲ ਹੋਈ ਗ੍ਰਿਫਤਾਰੀ ਵੀ ਪਈ ਤੇ ਗ੍ਰਿਫਤਾਰੀ ਤੋਂ ਬਾਅਦ ਹੁੰਦੀ ਜਨਾਬ ਉਹ ਦੇਸੀ ਜ਼ਬਾਨੇ ਕੇ ਜ਼ਮਾਨਤ ਲਈ ਹੋਣਾ ਕੀ ਫਾਇਦਾ ਆ ਜੇ ਤੋ ਨਾ ਮਨਾ ਲਈ ਉਹਨੇ ਪੂਰੀ ਕਰ ਲਈ ਜੇ ਤੁਹਾਡਾ ਕੱਟ ਕਿੱਥੇ ਗਿਆ ਆਪਣੇ ਹੱਥੀ ਤੁਸੀਂ ਗ੍ਰਿਫਤਾਰ ਕਰਾਇਆ ਉਹ ਜੀ ਅੱਜ ਸ਼ਾਮ ਤੋਂ ਪਹਿਲੇ ਪਹਿਲੇ ਉਹਨੂੰ ਰਾਹ ਨਾ ਕਰਨਗੇ ਤੇ ਅਸੀਂ ਇੰਨ ਤੇ ਇੰਜ ਕਰ ਦਾਂਗੇ ਵੀ ਉਹਨਾਂ ਦੀ ਜ਼ਿੱਦ ਹੈ ਗ੍ਰਿਫਤਾਰ ਕਰਨਾ ਹੱਥ ਘੜੀ ਲੱਗੀ ਜੇਲ ਚਲਾ ਗਿਆ ਤਾਂ ਹੁਣ ਗਿਰ ਹੁਣ ਆਜ਼ਾਦ ਹੋ ਗਿਆ ਤਾਂ ਕਿਹੜੀ ਕਬੱਡੀ ਗੱਲ ਹੈ ਕਿਹੜਾ ਤੁਸੀਂ ਤੀਰ ਮਾਰ ਲਿਆ ਯਾਰ ਕੀ ਕੀਤਾ ਤੁਸੀਂ ਆ ਸੁਪਰੀਮ ਕੋਰਟ ਬਾਰ ਕਾਉਂਸਲ ਤੇ ਪਾਕਿਸਤਾਨ ਬਾਰ ਕਾਉਂਸਲ ਦੇ ਦਰਮਿਆਨ ਜਿਹੜੀ ਇਹ ਥਿੰਗਾ ਮੁਸ਼ਤੇ ਤੇ ਲੜਾਈ ਤੇ ਕਬੱਡੀ ਸ਼ੁਰੂ ਹੋਈ ਇਹ ਕੀ ਹੈ ਆਬਜ਼ ਬਹਿਰੀ ਸਾਹਿਬ ਨੂੰ ਜਨਾਬ ਉਹਨਾਂ ਥੱਲੇ ਲਾ ਦਿੱਤਾ ਕਿ ਆਬਜ਼ ਬਹਿਰੀ ਸਾਹਿਬ ਇਹ ਸ਼ਾਦਰ ਨਾ ਕਿਉਂ ਕਿਉਂਦੀ ਉਹ ਪੀਟੀਆਈ ਦੇ ਨਾਲ ਉਹਨਾਂ ਦਾ ਤਲਕ ਤੇ ਪਾਕਿਸਤਾਨ ਬਾਰ ਕਾਉਂਸਲ ਨੇ ਜ਼ਿਆਦਾ ਨੋ ਲਿਖ ਦੇਨੇ ਉਹ ਕੁਝ ਖੁਦਾ ਦਾ ਵਾਸਤਾ ਤੁਹਾਨੂੰ ਖੌਫ ਖੁਦਾ ਦਾ ਖੌਫ ਕਰੋ ਪਹਿਲੇ ਸਾਡੇ ਖਿਲਾਫ ਉਹ ਬੁਕਲਾ ਕਰਦੀ ਆਈ ਹੁਣ ਅਸੀਂ ਬੁਕਲਾ ਕਰਦੀ ਇੱਕ ਦੂਜੇ ਦੇ ਖਿਲਾਫ ਇਸਤੇਮਾਲ ਕਰਨੇ ਕਿਹੜੇ ਫੋਰਮ ਤੇ ਅਸੀਂ ਇਕੱਠੇ ਹੋਏ ਯਾਰ ਕਿਹੜੇ ਫੋਰਮ ਤੇ ਅਸੀਂ ਇਕੱਠੇ ਹੋਏ ਕਿੰਨੂ ਅਸਾ ਆਪਣੇ ਕਿਹੜੇ ਵਕੀਲ ਭਰਾ ਨੂੰ ਅਸਾ ਇਨਸਾਫ ਲੈ ਕੇ ਦਿੱਤਾ ਅੱਜ ਹੁਣ ਜੱਜਾਂ ਵੀ ਸਾਡਾ ਹਾਲ ਕੱਢ ਲਿਆ ਉਹ ਵੀ ਗੈਰ ਕਾਨੂੰਨੀ ਅਮਲ ਕਰਦੇ ਮੈਂ ਜਦੋਂ ਹੜਤਾਲ ਕਰ ਦਿੱਤੀ ਦਰਗੀ ਬੰਦ ਇਹ ਦਰਗੀ ਬੰਦ ਕਰਨਾ ਜੱਜਾਂ ਕੇ ਮੇਰੀ ਗੁਜ਼ਾਰਿਸ਼ ਹੈ ਵੀ ਦਰਗੀ ਬੰਦ ਕਰਕੇ ਤੁਸੀਂ ਆਵਾਮ ਦੇ ਨਾਲ ਜ਼ੁਲਮ ਕਰਦੇ ਹੋ ਉਹਨਾਂ ਨੂੰ ਉਹਨਾਂ ਦੇ ਫੰਡਾਮੈਂਟਲ ਰਾਈਟ ਤੋਂ ਉਹਨਾਂ ਦੇ ਬੁਨਿਆਦੀ ਹੱਕ ਤੋਂ ਤੁਸੀਂ ਮਹਿਰੂਮ ਕਰਦੇ ਹੋ ਤਾਂ ਇਹਦਾ ਧਵਾਡਾ 146 ਕੇ 44 ਲਿਆ ਨੰਬਰ ਇਹੀ ਉਹ ਗੱਲ ਰਹੀ ਹੈ ਤੇ ਤੁਸੀਂ ਇਨਸ਼ਾਅੱਲਾ 300 ਤੋਂ ਥੱਲੇ ਥੱਲੇ ਤਾਂ ਆਉਂਦੇ ਹੀ ਨਹੀਂ ਨਾ ਇੰਜ ਇਨਸਾਫ ਹੋਣਾ ਮੜ ਕਿਹੜੇ ਇਨਸਾਫ ਦੀਆਂ ਗੱਲਾਂ ਕਰਦੇ ਪਿਓ ਖੁਦਾ ਦਾ ਵਾਸਤਾ ਜੱਜਾਂਗੇ ਵੀ ਖੁਦਾ ਦਾ ਵਾਸਤਾ ਹੈ ਕਿ ਤੁਸੀਂ ਫਰਾਉਨ ਨਾ ਬਣੋ ਫਰਾਉਨ ਨਾ ਬਣੋ ਇਨਸਾਫ ਕਰੋ ਇਨਸਾਫ ਕਰੋ ਇਨਸਾਫ ਕਰੋ ਇਨਸਾਫ ਕਰੋ ਜਨਾਬ ਪੁਲਿਸ ਕਰਦੀ ਕਦੀ ਜੱਜਸ ਕਰਦੀ ਇਹ ਸਾਡੀਆਂ ਸਾਰੇ ਦੂਜੇ ਦੇ ਖਿਲਾਫ ਹੈ ਅਸੀਂ مختلف ਚੀਜ਼ਾਂ 'ਚ ਵੰਡੇ ਗਏ ਫਲਾਮਕੀਲ ਫਲਾਇ ਫਲਾਮਕੀਲ ਫਲਾਇ ਅਸੀਂ ਗਰੁੱਪ 'ਚ ਆ ਗਏ ਇੱਕ ਦੂਸਰੇ ਦੇ ਖਿਲਾਫ ਅਸੀਂ ਜ਼ਬਾਨਬਾਜ਼ੀ ਤੇ ਆ ਗਏ ਇੱਕ ਦੂਸਰੇ ਨੂੰ ਅਸੀਂ ਬੁਰਾ ਭਲਾ ਕਹਿਣ ਲੱਗ ਪਏ ਇੱਕ ਦੂਸਰੇ ਦੀ ਅਸੀਂ ਇੱਜ਼ਤ ਉਚਾੜਨ ਲੱਗ ਪਏ ਲੇਕਿਨ ਇਹਨਾਂ ਚੀਜ਼ਾਂ ਤੋਂ ਅਸਾਂ ਕੀ ਕੱਢਣਾ ਮੇਰੀ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਖੁਦਾਰਾ ਇਹਨਾਂ ਚੀਜ਼ਾਂ ਤੇ ਗੌਰ ਕਰੋ ਅੱਲਾਹ ਪਾਕ ਤੁਹਾਨੂੰ ਵੀ ਕੋ ਹਿਦਾਇਤ ਦੇਵੇ ਨਾਲ ਮੈਨੂੰ ਵੀ ਦੇਵੇ ਤੇ ਅਸੀਂ ਸਾਰੇ ਵਕੀਲ ਇਕੱਠੇ ਹੋਈਏ ਇਹ ਪੀਟੀਆਈ ਨੌਨ ਲੀਗ ਸਾਰਿਆਂ ਦੀ ਜਾਨ ਛੱਡੋ ਚੁੱਪ ਕਰਕੇ ਆਪਣਾ ਕੰਮ ਕਰੋ ਆਪਣੇ ਆਪ ਨੂੰ ਮਤਿਹਦ ਕਰੋ ਆਪਣਾ ਕਠ ਬਣਾਓ ਤਾਂ ਕਿ ਤੁਹਾਡੀ ਕੋਈ ਇੱਜ਼ਤ ਬਣੇ ਅੱਲਾ ਦੇ ਵਾਹ